बी ए सेकेंड ईयर स्टूडेंट बेटा, अज आप करना है वोटिंग बिहेवियर यानी मतदान व्यवहार। मतदान व्यवहार अगर आप सिंपल मीनिंग देखिए, बिहेवियर मतलब किहोजा व्यवहार है ना। मतदान मीन्स वोटां नूं लैके, है ना, वोटां नूं लैके लोगों का व्यवहार। यानी कि अगर सिंपल वर्ड्स दे विच मैं कहां, मतदान व्यवहार दे विच ਉਹ ਸਾਰੇ ਵਿਧੀਆਂ ਸ਼ਾਮਿਲ ਹੁੰਦੀਆਂ ਹਨ, ਉਹਨਾਂ ਵਿਧੀਆਂ ਨਾਲ ਸੰਬੰਧਿਤ ਹੈ ਜਿਸ ਦੇ ਆਧਾਰ ਦੇ ਉੱਤੇ ਇੱਕ ਉਮੀਦਵਾਰ ਨੂੰ ਵੋਟਾਂ ਪ੍ਰਾਪਤ ਹੁੰਦੀਆਂ ਨੇ। ਯਾਨੀ ਕਿ ਮਤਦਾਨ ਵਿਵਹਾਰ ਉਹਨਾਂ ਵਿਧੀਆਂ ਦਾ ਇੱਕ ਨਮੂਨਾ ਹੈ ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇੱਕ ਮਤਦਾਤਾ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ, ਉਹ ਵੋਟ ਪਾਉਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਜਾਂ ਕਿਹੜੇ ਕਿਹੜੇ ਕਾਰਨ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਦਾ ਹੈ। ਠੀਕ ਹੈ, ਅਕੋਰਡਿੰਗ ਟੂ ਦ ਜੇ ਸੀ ਪੀ ਐਨ ਓ ਐਂਡ ਆਰ ਈ ਰਿਕਸ, ਦੇ ਸੈਡ ਦੈਟ ਵੋਟਿੰਗ ਬਿਹੇਵੀਅਰ ਇਜ਼ ਦ ਫੀਲਡ ਆਫ ਸਟੱਡੀ ਕੰਸਰਨ ਵਿਦ ਦ ਵੇਸ ਇਨ ਵਿੱਚ ਦ ਪੀਪਲ ਟੈਂਡ ਟੂ ਵੋਟ ਇਨ ਪਬਲਿਕ ਇਲੈਕਸ਼ਨ ਐਂਡ ਦ ਰੀਜ਼ਨ ਵਾਈ ਦੇ ਵੋਟ ਐਜ ਦੇ ਡੂ। ਮੀਨਸ ਇਹ ਉਹਨਾਂ ਵੇਜ਼ ਦੇ ਨਾਲ ਕੰਸਰਨਡ ਹੈ ਜਿਨ੍ਹਾਂ ਵੇਜ਼ ਦੇ ਉੱਤੇ ਚੱਲ ਕੇ, ਜਿਨ੍ਹਾਂ ਕਾਰਨਾਂ ਦੇ ਕਾਰਨ ਇੱਕ ਉਮੀਦਵਾਰ ਕਿਸੇ ਉਮੀਦਵਾਰ ਕਿਸੇ ਇੱਕ ਵੋਟਿੰਗ ਵਾਲਾ ਬੰਦਾ ਕਿਸੇ ਉਮੀਦਵਾਰ ਨੂੰ ਵੋਟ ਪਾਉਂਦਾ ਹੈ। ਠੀਕ ਹੈ, ਮਤਦਾਨ ਵਿਵਹਾਰ ਜਿਹੜਾ ਹੈਗਾ, ਇਸ ਨੂੰ ਨਿਰਧਾਰਿਤ ਕਰਨ ਵਾਲੇ ਤੱਥ ਕਿਹੜੇ ਕਿਹੜੇ ਨੇ? ਨੰਬਰ 1, ਇਸ ਤੋਂ ਪੜ੍ਹਨ ਤੋਂ ਪਹਿਲਾਂ ਇਹਦੇ ਲਈ ਦੋ ਗੱਲਾਂ ਧਿਆਨ ਦੇ ਵਿੱਚ ਹੈ ਕਿ ਮਤਦਾਨ ਵਿਵਹਾਰ ਨੂੰ ਨਿਰਧਾਰਿਤ ਕਰਨ ਵਾਲੇ ਤੱਥ ਹਰ ਵਿਅਕਤੀ ਅਤੇ ਹਰ ਖੇਤਰ ਦੇ ਵਿੱਚ ਇਕਸਾਰ ਨਹੀਂ ਹੁੰਦੇ। ਇਹ ਜ਼ਰੂਰੀ ਨਹੀਂ ਹੈ ਕਿ ਜਿਨ੍ਹਾਂ ਕਾਰਨਾਂ ਕਰਕੇ ਪੰਜਾਬ ਦੇ ਵਿੱਚ ਵੋਟਾਂ ਪੈਂਦੀਆਂ ਨੇ, ਲੋਕ ਪੰਜਾਬ 'ਚ ਵੋਟਾਂ ਪੈਂਦੇ ਨੇ, ਇਹ ਜ਼ਰੂਰੀ ਨਹੀਂ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਨਾਲ ਦੀ ਸਟੇਟ ਦੇ ਵਿੱਚ ਵੀ ਉਹੀ ਕਾਰਨ ਹੋਣ। ਉਸ ਤੋਂ ਬਾਅਦ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਥ ਸਮੇਂ ਅਤੇ ਸਥਿਤੀਆਂ ਦੇ ਅਨੁਸਾਰ ਬਦਲਦੇ ਰਹਿੰਦੇ ਨੇ, ਮਤਲਬ ਟਾਈਮ ਦੇ ਨਾਲ ਅਕੋਰਡਿੰਗ ਟੂ ਟਾਈਮ ਜਿਹੜੀ ਆ ਸਿਚੁਏਸ਼ਨ ਦੇ ਅਕੋਰਡਿੰਗਲੀ ਬਦਲਦੇ ਰਹਿੰਦੇ ਨੇ। ਠੀਕ ਹੈ, ਸੋ ਹੁਣ ਆਪਾਂ ਡਿਟਰਮੀਨੈਂਟਸ ਦੇਖਾਂਗੇ, ਹੁਣ ਆਪਾਂ ਉਹ ਕਾਰਨ ਦੇਖਾਂਗੇ ਜਿਨ੍ਹਾਂ ਦੇ ਕਾਰਨ ਇੱਕ ਪਰਸਨ ਜਿਹੜਾ ਹੈਗਾ ਉਹ ਵੋਟ ਦਾ ਇਸਤੇਮਾਲ ਕਰਦਾ ਹੈ, ਠੀਕ ਹੈ, ਜਾਂ ਵੋਟ ਪਾਉਂਦਾ ਹੈ। ਨੰਬਰ 1, ਐਜੂਕੇਸ਼ਨ। ਇੱਕ ਆਦਮੀ ਵਿੱਦਿਆ ਦੇ ਆਧਾਰ 'ਤੇ ਆਪਣੇ ਵੋਟ ਪਾਉਂਦਾ ਹੈ। ਜੋ ਪਰਸਨ ਵਿੱਦਿਆ ਦੇ ਆਧਾਰ 'ਤੇ ਵੋਟ ਪਾਉਂਦਾ ਹੈ ਜਾਂ ਵਿੱਦਿਆ ਨੂੰ ਆਧਾਰ ਮੰਨ ਕੇ ਆਪਣੇ ਵੋਟਸ ਦਾ ਇਸਤੇਮਾਲ ਕਰਦਾ ਹੈ, ਉਹ ਇੱਕ ਪੜ੍ਹਿਆ ਲਿਖਿਆ ਵਿਅਕਤੀ ਵਧੇਰੇ ਰਾਜਨੀਤਿਕ ਸੂਝ ਰੱਖਦਾ ਹੈ। ਉਹ ਰਾਜਨੀਤਿਕ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਉਮੀਦਵਾਰਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਕਰਦਾ ਹੈ। ਠੀਕ ਹੈ, ਵੋਟ ਪਾਉਣ ਨੂੰ ਆਪਣਾ ਰਾਸ਼ਟਰੀ ਕਰਤੱਵ ਵੀ ਸਮਝਦਾ ਹੈ। ਉਹ ਚੰਗੇ ਅਤੇ ਮਾੜੇ ਉਮੀਦਵਾਰਾਂ ਵਿੱਚ ਫਰਕ ਵੀ ਕਰਦਾ ਹੈ ਅਤੇ ਕਿਸੇ ਵੀ ਪ੍ਰਕਾਰ ਦੇ ਦਬਾਅ ਦੇ ਹੇਠ ਆ ਕੇ ਆਪਣੇ ਮਤ ਦਾ ਪ੍ਰਯੋਗ ਨਹੀਂ ਕਰਦਾ। ਸਮਝ ਆ ਗਈ, ਪਹਿਲਾ ਸਭ ਤੋਂ ਇੰਪੋਰਟੈਂਟ ਕਾਰਨ ਕਿਹੜਾ ਹੈ? ਵਿੱਦਿਆ, ਕਿ ਐਜੂਕੇਸ਼ਨ ਦੇ ਆਧਾਰ 'ਤੇ ਆਪਣੇ ਵੋਟ ਦਾ ਇਸਤੇਮਾਲ ਕਰਨਾ। ਦੂਸਰਾ ਆਧਾਰ ਆਉਂਦਾ ਹੈ ਬੇਟਾ, ਪੋਲੀਟੀਕਲ ਕੌਨਸ਼ੀਅਸਨੈਸ। ਕਈ ਲੋਕਾਂ ਨੂੰ ਪੜ੍ਹੇ ਲਿਖੇ ਨਹੀਂ ਹੁੰਦੇ, ਥੋੜ੍ਹੀ ਬਹੁਤ ਜਾਣਕਾਰੀ ਹੁੰਦੀ ਹੈ, ਲੇਕਿਨ ਤੁਸੀਂ ਦੇਖਿਆ ਹੋਏਗਾ ਕਿ ਰਾਜਨੀਤੀ ਦੇ ਬਾਰੇ ਉਹ ਪੂਰੀ ਤਰ੍ਹਾਂ ਜਾਗਰੂਕ ਹੁੰਦੇ ਨੇ। ਨਿਊਜ਼ ਪੇਪਰਸ ਰਾਹੀਂ, ਰੇਡੀਓਜ਼ ਰਾਹੀਂ ਇਹ ਲੋਕ ਸੁਣਦੇ ਨੇ ਔਰ ਇਹਨਾਂ ਨੂੰ ਪੋਲੀਟੀਕਲ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਸੋ ਇਹ ਵੀ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਹੈ, ਇੱਕ ਡਿਟਰਮੀਨੈਂਟਸ ਹੈ ਵੋਟਿੰਗ ਬਿਹੇਵੀਅਰ ਦਾ। ਅਗਲਾ ਆਉਂਦਾ ਹੈ ਬੇਟਾ, ਕਾਸਟਿਜ਼ਮ। ਭਾਰਤ ਯਾਨੀ ਕਿ ਜਾਤੀਵਾਦ। ਭਾਰਤ ਸਮਾਜਿਕ ਜਾਤੀ ਪ੍ਰਧਾਨ ਹੈ ਅਤੇ ਜਾਤੀਵਾਦ ਭਾਰਤ ਵਿੱਚ ਵੋਟਰਾਂ ਦੇ ਮਤਦਾਨ ਦੇ ਵਿਵਹਾਰ ਨੂੰ ਵਿਆਪਕ ਪੱਧਰ 'ਤੇ ਪ੍ਰਭਾਵਿਤ ਕਰਦਾ ਹੈ। ਆਮ ਦੇਖਣ ਦੇ ਵਿੱਚ ਆਉਂਦਾ ਹੈ ਕਿ ਵੱਖ ਵੱਖ ਰਾਜਨੀਤਿਕ ਦਲ ਉਮੀਦਵਾਰਾਂ ਦੀ ਨਾਮਜ਼ਦਗੀ ਕਰਦੇ ਸਮੇਂ, ਵੋਟ ਆਪਣੇ ਮਤ ਦਾ ਪ੍ਰਯੋਗ ਕਰਦੇ ਸਮੇਂ ਉਮੀਦਵਾਰਾਂ ਦੀ ਜਾਤੀ ਦਾ ਵਿਸ਼ੇਸ਼ ਧਿਆਨ ਕਰਦੇ ਹਨ ਕਿ ਚਾਹੇ ਕਿਸੇ ਉਮੀਦਵਾਰ ਨੂੰ ਟਿਕਟ ਦੇਣੀ ਹੋਵੇ ਜਾਂ ਕਿਸੇ ਵੀ ਵੋਟਕਰਤਾ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੋਵੇ, ਉਹ ਜਾਤੀ ਦਾ ਬਹੁਤ ਧਿਆਨ ਰੱਖਦਾ ਹੈ। ਜਿਵੇਂ ਤੁਸੀਂ ਦੇਖਿਆ ਹੋਗਾ, ਰਾਜਸਥਾਨ ਦੇ ਵਿੱਚ ਜਾਟ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ, ਮਹਾਰਾਸ਼ਟਰ ਦੇ ਵਿੱਚ ਮਰਾਠਾ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ, ਕੇਰਲ ਦੇ ਵਿੱਚ ਨਾਂਬੂਦਰੀ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਜਾਟ ਦੇ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ। ਔਰ ਇਹ ਵੀ ਨਾਰੇ ਵੀ ਕਈ ਵਾਰ ਲੱਗਦੇ ਨੇ ਚੋਣਾਂ ਦੇ ਸਮੇਂ, ਕਈ ਸਲੋਗਨ ਵੀ ਕਹਿੰਦੇ ਨੇ ਕਿ ਜਾਟ ਕੀ ਬੇਟੀ ਜਾਟ ਕੋ, ਜਾਟ ਕਾ ਵੋਟ ਜਾਟ ਕੋ ਆਦਿ ਦੇ ਨਾਰੇ ਵੀ ਲਗਾਏ ਜਾਂਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਿਸ ਤਰ੍ਹਾਂ, ਮਤਲਬ ਕਿ ਇੱਕ ਦੂਜੇ ਨੂੰ ਕਿਸ ਤਰ੍ਹਾਂ ਇਹ ਇੰਪਰੈਸ ਕਰ, ਕਿਸ ਤਰ੍ਹਾਂ ਇਹ ਇੰਟਰਸਟ ਜਗਾਉਂਦੀਆਂ ਨੇ ਕਿ ਇਹੋ ਜਿਹੇ ਸਲੋਗਨ ਜਿਹੜੇ ਹੈਗੇ ਨੇ ਜਾਤ ਦੇ ਆਧਾਰ 'ਤੇ ਵੋਟਾਂ ਦਾ ਇਸਤੇਮਾਲ ਕਰਨ ਦੇ ਲਈ ਲੋਕਾਂ ਨੂੰ ਉਤਸਾਉਂਦੇ ਨੇ।
ਉਸ ਤੋਂ ਬਾਅਦ ਹੈ ਇਕਨੋਮਿਕਲ ਕੰਡੀਸ਼ਨ। ਬੇਟਾ ਕਿਸੇ ਨਾ ਕਿਸੇ ਦੀ ਇਕਨੋਮਿਕਲ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਇੱਕ ਵੋਟਿੰਗ ਬਿਹੇਵੀਅਰ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਕਰਦੀ ਹੈ। ਯੂ ਸਪੋਜ਼ ਦੈਟ ਕਿ ਮੇਰੀ ਜਿਹੜੀ ਹੈਗੀ ਆ ਮੇਰੀ ਆਰਥਿਕ ਕੰਡੀਸ਼ਨਸ ਠੀਕ ਨਹੀਂ ਹੈ, ਠੀਕ ਹੈ, ਮੈਂ ਇੱਕ ਦਿਹਾੜੀਦਾਰ ਬੰਦਾ ਹੈ, ਉਹ ਸਵੇਰੇ ਜਾਂਦਾ ਹੈ ਆਪਣੀ ਰੋਟੀ ਪਾਣੀ ਦਾ ਖਰਚਾ ਜਿਹੜਾ ਹੈਗਾ ਦਿਹਾੜੀ ਪਾ ਕੇ ਆਉਂਦਾ ਹੈ ਅਤੇ ਸ਼ਾਮ ਨੂੰ ਉਹਦਾ ਜਿਹੜਾ ਪਰਿਵਾਰ ਹੈ ਉਸੀ ਦਿਹਾੜੀ ਦੇ ਨਾਲ ਰੋਟੀ ਖਾਂਦਾ ਹੈ। ਯਾਨੀ ਕਿ ਉਹਦੀ ਇਕਨੋਮਿਕਲ ਕੰਡੀਸ਼ਨ ਇਹੋ ਜਿਹੀ ਹੈ ਕਿ ਉਹ ਇੱਕ ਦਿਨ ਕੰਮ 'ਤੇ ਨਾ ਜਾਵੇ ਤਾਂ ਉਹਦਾ ਪਰਿਵਾਰ ਸ਼ਾਮ ਨੂੰ ਖਾਣਾ ਨਹੀਂ ਖਾਂਦਾ, ਠੀਕ ਹੈ। ਇੱਕ ਬੰਦਾ ਇੱਕ ਦਿਨ ਦੇ ਵਿੱਚ 300 ਰੁਪਇਆ ਕਮਾਉਂਦਾ ਹੈ ਅਤੇ 300 ਰੁਪਇਆ ਸ਼ਾਮ ਨੂੰ ਆ ਕੇ ਆਪਣੇ ਪਰਿਵਾਰ ਦੀ ਰੋਟੀ ਪਾਣੀ ਦਾ ਖਰਚਾ ਕਰਦਾ ਹੈ। ਲੇਕਿਨ ਵੋਟਾਂ ਦੇ ਦੌਰਾਨ ਅਗਰ ਉਸੀ ਪਰਸਨ ਨੂੰ 300 ਦੀ ਬਜਾਏ 3000 ਰੁਪਇਆ ਦਿੱਤੇ ਜਾਣ ਤਾਂ ਉਹਨੂੰ ਕਿਹਾ ਜਾਵੇ ਕਿ ਇਸ ਪਰਸਨ ਨੂੰ ਵੋਟ ਪਾਉਣੀ ਹੈ ਤਾਂ ਕਿਉਂ ਨਹੀਂ ਪਾਏਗਾ ਬੇਟਾ ਉਹ, ਹੈ ਨਾ। ਜਿਸ ਬੰਦੇ ਨੂੰ ਇੱਕ 300 ਰੁਪਇਆ ਦਿਹਾੜੀ ਦੇ ਕਾਰਨ ਉਹ ਜਾਂਦਾ ਹੈ ਦਿਨ ਭਰ ਭੱਜ ਨੱਠ ਕਰਦਾ ਹੈ, ਉਹਨੂੰ ਪਤਾ ਹੈ ਕਿ ਸ਼ਾਮ ਨੂੰ ਮੇਰੇ ਬੱਚੇ ਨੇ ਰੋਟੀ ਖਾਣੀ ਹੈ, ਜੇ ਉਹਨੂੰ 3000 ਦਾ ਲਾਲਚ ਦੇ ਕੇ ਕਿਸੇ ਉਮੀਦਵਾਰ ਨੂੰ ਵੋਟ ਪਾਉਣ ਨੂੰ ਕਿਹਾ ਜਾਵੇ ਤਾਂ ਉਹ ਵੋਟ ਪਾਏਗਾ, ਠੀਕ ਹੈ। ਦੂਸਰੇ ਪਾਸੇ ਇਹਦੀ ਕੰਡੀਸ਼ਨ ਇਹ ਵੀ ਆ ਜਾਂਦੀ ਹੈ ਕਿ ਜੇ ਉਹਨੂੰ ਕਿਸੇ ਤਰ੍ਹਾਂ ਦਾ ਲਾਲਚ ਨਾ ਦਿੱਤਾ ਜਾਵੇ ਤਾਂ ਇਹ ਵੋਟ ਵੀ ਨਹੀਂ ਪਾਊਗਾ ਉਹ, ਕਿਉਂਕਿ ਉਹ ਵੋਟ ਪਾਉਣ ਦੇ ਲਈ ਆਪਣਾ ਟਾਈਮ ਵੇਸਟ ਜਿਹੜਾ ਹੈਗਾ ਉਹ ਨਹੀਂ ਕੀਤਾ ਜਾਏਗਾ। ਦੂਸਰੇ ਪਾਸੇ ਇਹਦੀ ਇੱਕ ਹੋਰ ਸਿਚੁਏਸ਼ਨ ਆ ਜਾਂਦੀ ਕਿ ਅਗਰ ਇੱਕ ਪਰਸਨ ਇੱਕ ਬਿਜ਼ਨਸਮੈਨ ਹੈ, ਠੀਕ ਹੈ, ਤਾਂ ਕੁਆਇਟ ਓਬਵੀਅਸ ਪੋਲੀਟੀਕਲ ਜਿਹੜੇ ਹੈਗੇ ਉਹਦੇ ਬਾਰੇ ਜ਼ਿਆਦਾ ਰੁਚੀ ਰੱਖੇਗਾ ਔਰ ਉਹਦੀ ਪੋਲੀਟੀਕਲ ਕੰਡੀਸ਼ਨ ਦੇ ਬਾਰੇ ਧਿਆਨ ਰੱਖੇਗਾ ਤਾਂ ਕਿ ਉਹ ਇਹੋ ਜਿਹੇ ਉਮੀਦਵਾਰ ਨੂੰ ਵੋਟ ਪਾਵੇ ਕਿ ਕੱਲ੍ਹ ਨੂੰ ਉਹਦੀ ਇਕਨੋਮਿਕਲ ਕੰਡੀਸ਼ਨ ਜਿਹੜੀ ਹੈਗੀ ਉਹ ਸਟੇਬਲ ਬਣੀ ਰਹੇ। ਸੋ ਉਸ ਤੋਂ ਬਾਅਦ ਆਉਂਦਾ ਹੈ ਬੇਟਾ ਧਰਮ। ਰਿਲੀਜਨ ਵੀ ਜਿਹੜਾ ਹੈਗਾ ਉਹ ਵੋਟਾਂ ਨੂੰ ਪ੍ਰਭਾਵਿਤ ਕਰਨ ਦਾ ਇੱਕ ਬਹੁਤ ਬੜਾ ਡਿਟਰਮੀਨੈਂਟਸ ਹੈ। ਲੋਕ ਧਰਮ ਦੇ ਆਧਾਰ 'ਤੇ ਵੋਟ ਪਾਉਂਦੇ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਕਿੰਨੇ ਹੀ ਧਰਮ ਨੇ। ਅਗਰ ਕੋਈ ਸਿੱਖ ਪਰਸਨ ਵੋਟਾਂ ਵਿੱਚ ਖੜ੍ਹਾ ਹੈ ਤਾਂ ਬੀਂਗ ਅ ਸਿੱਖ ਮੈਂ ਸਿੱਖ ਨੂੰ ਜ਼ਿਆਦਾ ਇੰਪੋਰਟੈਂਸ ਦਊਂਗੀ, ਚਾਹੇ ਉਹ ਸਿੱਖ ਜਿਹੜਾ ਹੈਗਾ ਉਹ ਉਮੀਦਵਾਰ ਚੰਗਾ ਹੈ ਮਾੜਾ ਹੈ, ਲੇਕਿਨ ਬੀਂਗ ਅ ਸਿੱਖ ਫੈਮਿਲੀ ਤੋਂ ਲਈ ਜਾਂ ਮੇਰਾ ਸਿੱਖ ਰਿਲੀਜਨ ਹੋਣ ਦੇ ਕਰਕੇ ਮੇਰਾ ਝੁਕਾਵ ਉਹਦੇ ਵੱਲ ਜ਼ਿਆਦਾ ਹੋਊਗਾ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਬੇਟਾ ਲੈਂਗੁਏਜ ਕੰਟਰੋਵਰਸਿਸ, ਭਾਸ਼ਾਈ ਝਗੜੇ। ਭਾਰਤ ਦੇ ਵਿੱਚ ਬਹੁ ਭਾਸ਼ਾਈ ਰਾਜ ਹੈ, ਇੱਥੇ ਹਰ ਤਰ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ, ਠੀਕ ਹੈ, ਤਾਂ ਅਨੇਕਾਂ ਦੇ ਵਿੱਚ ਅਨੇਕਾਂ ਵਾਰੀ ਭਾਸ਼ਾ ਦੇ ਆਧਾਰ 'ਤੇ ਦੰਗੇ ਫਸਾਦ ਕਰਵਾਏ ਜਾਂਦੇ ਨੇ ਤਾਂ ਕਿ ਭਾਸ਼ਾਈ ਝਗੜੇ ਦੇ ਆਧਾਰ 'ਤੇ ਇੱਕ ਮਤਦਾਤਾ ਦੀ ਵੋਟਾਂ ਨੂੰ ਘੱਟ ਕਰਕੇ ਦੂਸਰੇ ਮਤਦਾਤਾ ਦੇ ਵੋਟਾਂ ਨੂੰ ਵਧਾਇਆ ਜਾ ਸਕੇ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਰੀਜਨਲਿਜ਼ਮ, ਖੇਤਰਵਾਦ। ਖੇਤਰਵਾਦ ਕੀ ਹੁੰਦਾ ਹੈ? ਖੇਤਰਵਾਦ ਦਾ ਮਤਲਬ ਹੈ ਕਿਸੇ ਦੂਸਰੇ ਖੇਤਰ ਦੀ ਬਜਾਏ ਆਪਣੇ ਖੇਤਰ ਨੂੰ ਜ਼ਿਆਦਾ ਪਿਆਰ ਕਰਨਾ। ਹੁਣ ਮੈਂ ਪੰਜਾਬ ਦੇ ਵਿੱਚ ਰਹਿੰਦੀ ਹਾਂ ਤਾਂ ਮੈਂ ਹਰਿਆਣੇ ਤੋਂ ਮੈਨੂੰ ਕੀ ਲੈਣਾ ਦੇਣਾ, ਹਰਿਆਣੇ ਦੀ ਡਿਵੈਲਪਮੈਂਟ ਤੋਂ ਮੈਨੂੰ ਕੀ ਲੈਣਾ ਦੇਣਾ, ਮੈਂ ਆਪਣੇ ਖੇਤਰ ਨੂੰ ਜ਼ਿਆਦਾ ਇੰਪੋਰਟੈਂਸ ਦਊਂਗੀ। ਖੇਤਰ ਤੋਂ ਬਾਅਦ ਵੀ ਪੂਰੇ ਪੰਜਾਬ ਦੇ ਵਿੱਚ ਮੈਨੂੰ ਫਰਕ ਪੈਂਦਾ ਸਿਰਫ ਔਰ ਸਿਰਫ ਲੁਧਿਆਣੇ ਤੋਂ। ਮੈਨੂੰ ਨਹੀਂ ਪਤਾ ਕਿ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਵਿਕਾਸ ਹੋ ਰਿਹਾ ਜਾਂ ਨਹੀਂ, ਮੈਨੂੰ ਸਿਰਫ ਲੁਧਿਆਣੇ ਤੋਂ ਮਤਲਬ ਹੈ ਕਿਉਂਕਿ ਮੈਂ ਲੁਧਿਆਣੇ ਰਹਿੰਦੀ ਹਾਂ। ਲੁਧਿਆਣੇ ਦੇ ਵਿੱਚ ਵੀ ਅੱਜ ਮੈਨੂੰ ਸਿਰਫ ਆਪਣੇ ਏਰੀਏ ਤੋਂ ਮਤਲਬ ਹੈ, ਮੈਨੂੰ ਨਹੀਂ ਪਤਾ ਹੈਬੋਵਾਲ ਜਾਂ ਕਿਸੇ ਹੋਰ ਵਾਲੇ ਪਾਸੇ ਜਿਹੜਾ ਹੈਗਾ ਉਹ ਵਿਕਾਸ ਹੋ ਰਿਹਾ ਜਾਂ ਨਹੀਂ। ਸੋ ਇੱਕ ਪਰਟੀਕੁਲਰ ਖੇਤਰ ਨੂੰ ਪਿਆਰ ਕਰਨਾ ਖੇਤਰਵਾਦ ਕਹਿਲਾਉਂਦਾ ਹੈ। ਔਰ ਜਦੋਂ ਵੋਟਾਂ ਦਾ ਇਸਤੇਮਾਲ ਹੁੰਦਾ ਹੈ, ਜਦੋਂ ਵੋਟ ਦਾ ਇਸਤੇਮਾਲ ਕਰਦਾ ਹੈ, ਮੈਂ ਹਮੇਸ਼ਾ ਉਸ ਪਰਸਨ ਨੂੰ ਵੋਟ ਦੇ ਧਿਆਨ ਦੇ ਵਿੱਚ ਰੱਖ ਕੇ ਵੋਟ ਪਾਊਂਗੀ ਕਿ ਜੋ ਪਰਸਨਸ ਮੇਰੇ ਇਲਾਕੇ ਦਾ ਵਿਕਾਸ ਜਿਹੜਾ ਹੈਗਾ ਉਹ ਕਰ ਸਕੇ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਵਿੱਚ ਆਈਡੋਲੋਜੀਕਲ ਕਮਿਟਮੈਂਟ, ਵਿਚਾਰਾਤਮਕ ਵਚਨਬੱਧਤਾ। ਵਿਚਾਰਾਤਮਕ ਵਚਨਬੱਧਤਾ ਦਾ ਮਤਲਬ ਹੁੰਦਾ ਹੈ ਕਿ ਕਾਫੀ ਵੋਟਰ ਕਿਸੇ ਵਿਸ਼ੇਸ਼ ਵਿਚਾਰਧਾਰਾ ਦੇ ਦੀਵਾਨੇ ਹੁੰਦੇ ਨੇ। ਜਿਵੇਂ ਸਪੋਜ਼ ਕਰੋ ਮੈਂ ਗਾਂਧੀਵਾਦੀ ਦੀ ਪੁਜਾਰਨ ਹੈ, ਮੈਂ ਗਾਂਧੀਵਾਦ ਨੂੰ ਮੰਨਦੀ ਹਾਂ, ਅਤੇ ਜੋ ਪਰਸਨ ਗਾਂਧੀਵਾਦੀ ਦੀ ਵਿਚਾਰਧਾਰਾ ਨੂੰ ਪਿਆਰ ਕਰੇਗਾ ਮੇਰੀ ਵੋਟਸ ਜਿਹੜੀ ਹੈਗੀ ਆ ਉਸ ਦੇ ਨਾਲ ਹੀ ਜਾਏਗੀ। ਉਸ ਤੋਂ ਬਾਅਦ ਆਉਂਦਾ ਬੇਟਾ ਰਾਜਨੀਤਿਕ ਦਲਾਂ ਦੇ ਚੋਣ ਮਨੋਰਥ ਪੱਤਰ। ਇਹ ਬਹੁਤ ਘੱਟ ਲੋਕ ਜਿਹੜੇ ਹੈਗੇ ਨੇ ਇਹ ਪੜ੍ਹਦੇ ਹੋਣਗੇ ਕਿ ਇਲੈਕਸ਼ਨ ਮੈਨੀਫੈਸਟੋ ਜੋ ਪੋਲੀਟੀਕਲ ਪਾਰਟੀਜ਼ ਆਪਣਾ ਜਾਰੀ ਕਰਦੀਆਂ ਨੇ, ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਉਹ ਜਿੱਤ ਜਾਂਦੀ ਹੈ ਤਾਂ ਕਿਹੜੇ ਕਿਹੜੇ ਕੰਮ ਕਰੇਗੀ, ਉਹਨਾਂ ਦੇ ਆਧਾਰ ਦੇ ਉੱਤੇ ਵੋਟਾਂ ਪਾਈਆਂ ਜਾਂਦੀਆਂ ਨੇ। ਕਈ ਵਾਰ ਆਉਂਦਾ ਹੈ ਕ੍ਰਿਸਮੈਟਿਕ ਕੁਆਲਿਟੀਜ਼, ਕਰਿਸ਼ਮਾਈ ਗੁਣ। ਕਿਸੇ ਵਿਅਕਤੀ ਦੇ ਵਿਚਾਰ, ਕਿਸੇ ਵਿਅਕਤੀ ਦੀ ਪਰਸਨੈਲਿਟੀ ਤੁਹਾਨੂੰ ਇੰਨਾ ਕੁ ਪ੍ਰਭਾਵਿਤ ਕਰਦੀ ਹੈ ਕਿ ਉਸ ਪਰਸਨ ਦੇ ਆਧਾਰ 'ਤੇ ਉਸ ਪਰਸਨ ਨੂੰ ਹੀ ਦੇਖ ਕੇ ਤੁਸੀਂ ਆਪਣੇ ਵੋਟਸ ਜਿਹੜੀਆਂ ਹੈਗੀਆਂ ਉਹ ਇਸਤੇਮਾਲ ਕਰਦੇ ਹੋ, ਠੀਕ ਹੈ। ਜਿਵੇਂ ਕੋਈ ਫਿਲਮ ਸਟਾਰ ਹੈ, ਅਗਰ ਉਹ ਫਿਲਮ ਸਟਾਰ ਦੀ ਕਈ ਵਾਰੀ ਤੁਹਾਨੂੰ ਬਹੁਤ ਪਸੰਦ ਹੁੰਦਾ ਲੇਕਿਨ ਉਹਦੀ ਫਲੋਪ ਸ਼ੋ ਫਿਲਮ ਵੀ ਜਿਹੜਾ ਹੈਗਾ ਤੁਸੀਂ ਕਈ ਵਾਰ ਦੇਖਦੇ ਹੋ ਬਿਕੋਜ਼ ਤੁਹਾਡਾ ਫੇਵਰੇਟ ਹੀਰੋ ਜਿਹੜਾ ਹੈਗਾ ਉਸਦੇ ਵਿੱਚ ਪਰਫੋਰਮ ਕਰ ਰਿਹਾ ਜਾਂ ਐਕਟਿੰਗ ਕਰ ਰਿਹਾ ਹੈ। ਉਸ ਤੋਂ ਬਾਅਦ ਆਉਂਦੇ ਹੈ ਬੇਟਾ ਪੋਪੂਲਿਸਟਿਕ ਸਲੋਗਨ, ਲੋਕਵਾਦੀ ਨਾਰੇ। ਗਰੀਬੀ ਹਟਾਓ, ਗਰੀਬੀ ਹਟਾਓ, ਲੋਕਤੰਤਰ ਬਨਾਮ ਤਾਨਾਸ਼ਾਹੀ, ਇਹੋ ਜਿਹੇ ਭ੍ਰਿਸ਼ਟਾਚਾਰ ਦਾ ਅੰਤ, ਸਾਫ਼ ਸੁਥਰਾ ਪ੍ਰਬੰਧ, ਹੈ ਨਾ, ਅੱਛੇ ਦਿਨ ਆਉਣੇ ਵਾਲੇ ਹੈ, ਇਹੋ ਜਿਹੇ
ਸਲੋਗਨਸ ਜਿਹੜੇ ਹੈਗੇ ਨੇ ਕਈ ਵਾਰ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਔਰ ਲੋਕ ਉਸ ਦੇ ਬਿਹਾਫ 'ਤੇ ਵੀ ਆਪਣੀ ਵੋਟਸ ਦਾ ਇਸਤੇਮਾਲ ਕਰਦੇ ਨੇ। ਉਸ ਤੋਂ ਬਾਅਦ ਆਉਂਦਾ ਹੈ ਕਲਾਸ ਕੌਨਸ਼ੀਅਸਨੈਸ। ਭਾਰਤ ਦੇ ਵਿੱਚ ਵੱਖ ਵੱਖ ਵਰਗਾਂ ਦੇ ਸਮਾਜ ਨੇ, ਠੀਕ ਹੈ, ਆਪਣੇ ਵਰਗ ਦੇ ਆਧਾਰ 'ਤੇ ਵੀ ਜੁੜੇ ਹੋਏ ਵੋਟਾਂ ਨੂੰ ਵੋਟ ਪਾਉਣਾ। ਜਿਵੇਂ ਮੈਂ ਸਪੋਜ਼ ਕਰੋ ਇੱਕ ਮਜ਼ਦੂਰ ਹਾਂ ਤਾਂ ਮੈਂ ਅਗਰ ਕੋਈ ਪਰਸਨ ਜਿਹੜਾ ਹੈਗਾ ਉਹ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰੇਗਾ ਤਾਂ ਮੇਰੀ ਵੋਟਸ ਜਿਹੜੀਆਂ ਹੈਗੀਆਂ ਉਹ ਉਸ ਨੂੰ ਹੀ ਜਾਣਗੀਆਂ। ਜੈਂਡਰ ਕਿਤੇ ਨਾ ਕਿਤੇ ਬੇਟਾ ਸਾਡੀ ਵੋਟਾਂ ਨੂੰ ਪ੍ਰਭਾਵਿਤ ਕਰਦਾ ਹੈ। ਬੀਇੰਗ ਅ ਲੇਡੀ ਜਾਂ ਬੀਇੰਗ ਅ ਜਿਹੜਾ ਹੈਗਾ ਫੀਮੇਲ, ਅਗਰ ਕੋਈ ਫੀਮੇਲ ਪਰਸਨ ਜਿਹੜਾ ਹੈਗਾ ਵੋਟਾਂ ਦੇ ਵਿੱਚ ਖੜਾ ਹੋਏਗਾ ਤਾਂ ਐਜ਼ ਕੰਪੈਰੀਜ਼ਨ ਟੂ ਮੇਲ ਪਰਸਨ ਮੇਰਾ ਵੋਟ ਜਿਹੜਾ ਹੈਗਾ ਬੀਇੰਗ ਅ ਫੀਮੇਲ ਫੀਮੇਲ ਨੂੰ ਹੀ ਜਾਏਗਾ। ਉਸ ਤੋਂ ਬਾਅਦ ਇਨਫਲੂਐਂਸ ਆਫ ਮਨੀ, ਪੈਸੇ ਦਾ, ਜੋ ਪਾਰਟੀ ਜਿੰਨਾ ਪੈਸਾ ਖਰਚ ਕਰਦੀ ਹੈ ਉਹਦਾ ਵੀ ਪ੍ਰਭਾਵ ਜਿਹੜਾ ਹੈਗਾ ਉਹ ਸਾਡੇ ਉਸ 'ਤੇ ਪੈਂਦਾ ਹੈ। ਔਰ ਦੂਸਰੇ ਪਾਸੇ ਦੇਖਿਆ ਜਾਵੇ ਗਰੀਬ ਆਪਣੀ ਵੋਟਾਂ ਦਾ ਇਸਤੇਮਾਲ ਜਿਹੜਾ ਹੈਗਾ ਉਹ ਬਹੁਤ ਘੱਟ ਕਰਦਾ ਹੈ, ਕਿਉਂਕਿ ਜਿਹੜਾ ਹੈਗਾ ਔਰ ਗਰੀਬ ਲਈ ਕਿਸੇ ਪਰ ਗਰੀਬ ਲਈ ਵੋਟਾਂ ਦੇ ਵਿੱਚ ਖੜ੍ਹੇ ਹੋਣਾ ਜਾਂ ਇਲੈਕਸ਼ਨਸ ਲੜਨਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬਾਰਾ ਨਹੀਂ ਖਾਂਦਾ ਹੈਗਾ। ਸੋ ਇਸ ਕਰਕੇ ਮੇਨਲੀ ਦੇਖਿਆ ਜਾਂਦਾ ਹੈ ਕਿ ਪੋਲੀਟਿਕਸ ਦੇ ਵਿੱਚ ਧਨ ਦਾ ਪ੍ਰਭਾਵ ਜਿਹੜਾ ਹੈਗਾ ਕਿਤੇ ਨਾ ਕਿਤੇ ਬਹੁਤ ਇੰਪੋਰਟੈਂਸ ਹੁੰਦਾ ਹੈ। ਉਸ ਤੋਂ ਬਾਅਦ ਆਉਂਦਾ ਪਰਫੋਰਮੈਂਸ ਆਫ ਦਾ ਗਵਰਨਮੈਂਟ। ਅਗਰ ਇੱਕ ਸਰਕਾਰ ਦੀ ਕਾਰਜਸ਼ੀਲਤਾ ਬਹੁਤ ਚੰਗੀ ਰਹੀ ਹੈ, ਆਪਣੇ ਪਿਛਲੇ 5 ਸਾਲਾਂ ਦੇ ਵਿੱਚ ਉਸ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ ਹੈ ਜਾਂ ਐਜ਼ ਆ ਓਪੋਜੀਸ਼ਨ ਪਾਰਟੀ ਉਸਨੇ ਬਹੁਤ ਚੰਗਾ ਕੰਮ ਕੀਤਾ ਹੈ, ਤਾਂ ਉਸਦੀ ਕਾਰਜਸ਼ੀਲਤਾ ਨੂੰ ਦੇਖਦੇ ਹੋਏ ਵੀ ਅਸੀਂ ਆਪਣੀ ਵੋਟਸ ਦਾ ਇਸਤੇਮਾਲ ਕਰਦੇ ਹਾਂ। ਪਰਸਨਲ ਕੰਟੈਕਟਸ, ਕਈ ਵਾਰੀ ਸਾਡੇ ਪਰਸਨਲ ਕੰਟੈਕਟਸ ਹੁੰਦੇ ਨੇ ਕਿਸੇ ਪਾਰਟੀ ਦੇ ਨਾਲ, ਕਿਸੇ ਉਮੀਦਵਾਰ ਦੇ ਨਾਲ, ਕੋਈ ਸਾਡਾ ਰਿਲੇਸ਼ਨ ਦੇ ਵਿੱਚ ਹੈ, ਕੋਈ ਸਾਡਾ ਚਾਚਾ ਹੈ, ਤਾਇਆ ਆ ਜਾਂ ਦੂਰ ਦਾ ਕੋਈ ਰਿਸ਼ਤੇਦਾਰ, ਅਗਰ ਉਹ ਇਲੈਕਸ਼ਨਸ ਦੇ ਵਿੱਚ ਖੜਾ ਹੈ ਤਾਂ ਆਪਾਂ ਪੂਰਾ ਜ਼ੋਰ ਲਾਉਂਦੇ ਹਾਂ ਉਹਨੂੰ ਜਿਤਾਉਣ ਦੇ ਲਈ, ਔਰ ਉਹਤੇ ਸਾਡੀਆਂ ਜਿਹੜੀਆਂ ਵੋਟਸ ਨੇ ਉਹਨਾਂ ਨੂੰ ਹੀ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਇਮੀਡੀਏਟ ਇਸ਼ੂ, ਤਤਕਾਲੀਨ ਮੁੱਦੇ। ਕਿਸੇ ਸਰਕਾਰ ਨੇ, ਕਿਸੇ ਕੁ ਉਮੀਦਵਾਰ ਨੇ ਤਤਕਾਲੀਨ ਮਸਲਿਆਂ ਦੇ ਉੱਤੇ ਕਿੰਨਾ ਕੁ ਕੰਮ ਕੀਤਾ, ਕਿੰਨਾ ਕੁ ਕ੍ਰਿਆਸ਼ੀਲ ਰਿਹਾ ਹੈ, ਇਹ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਸਾਡੀ ਵੋਟਿੰਗ ਨੂੰ ਪ੍ਰਭਾਵਿਤ ਕਰਦਾ ਹੈ। ਉਸ ਤੋਂ ਬਾਅਦ ਆਉਂਦੇ ਪ੍ਰੈਸ, ਰੇਡੀਓ ਅਤੇ ਟੈਲੀਵਿਜ਼ਨ। ਜਿਹੜੀ ਸਾਡੀ ਮੀਡੀਆ ਹੈ, ਰੇਡੀਓ ਹੈ, ਟੈਲੀਵਿਜ਼ਨ ਹੈ, ਇਹਦੇ ਰਿਗਾਰਡਿੰਗ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇੱਕ ਪਰਸਨ ਜਿਹੜਾ ਹੈਗਾ ਉਸਦੇ ਮਤਦਾਨ ਨੂੰ ਪ੍ਰਭਾਵਿਤ ਕਰਦਾ ਹੈ। ਉਸ ਤੋਂ ਬਾਅਦ ਹੈ ਪਾਰਟੀ ਲੋਇਲਟੀ। ਕਈ ਵਾਰ ਕੀ ਹੁੰਦਾ ਹੈ, ਜਿਵੇਂ ਸਪੋਜ਼ ਕਰੋ ਸ਼ੁਰੂ ਤੋਂ ਹੀ ਸਾਡੇ ਪੁਰਖੇ ਜਿਹੜੇ ਹੈਗੇ ਨੇ ਕਾਂਗਰਸ ਨੂੰ ਵੋਟ ਪਾਉਂਦੇ ਆ, ਆਪਾਂ ਕਹਿ ਦਿੰਦੇ ਤਾਂ ਪੱਕੇ ਕਾਂਗਰਸੀ ਹੈ, ਹੈ ਨਾ, ਦਲ ਦੇ ਪ੍ਰਤੀ ਵਫਾਦਾਰੀ ਵੀ ਹੋ ਜਾਂਦੀ ਹੈ, ਔਰ ਚਾਹੇ ਉਹਦਾ ਉਮੀਦਵਾਰ ਚੰਗਾ ਹੈ ਮਾੜਾ ਹੈ, ਅਸੀਂ ਬੀਇੰਗ ਅ ਲੋਇਲ ਜਿਹੜਾ ਹੈਗਾ ਦਲ ਦੀ ਵਫਾਦਾਰੀ ਦੇ ਕਾਰਨ ਅਸੀਂ ਉਸਨੂੰ ਹੀ ਵੋਟ ਪਾਉਂਦੇ ਹਾਂ। ਠੀਕ ਹੈ ਜੀ, ਸੋ ਇਹ ਹੈਗੇ ਬੇਟਾ ਡਿਟਰਮੀਨੈਂਟਸ, ਜਿਨ੍ਹਾਂ ਕਰਕੇ ਆਪਾਂ ਵੋਟਿੰਗ ਬਿਹੇਵੀਅਰ ਜਿਹੜਾ ਹੈਗਾ ਇਸਨੂੰ ਇੰਪੋਰਟੈਂਟ ਵੀ ਕੁਸ਼ਚਨ ਹੈ, ਵੋਟਿੰਗ ਬਿਹੇਵੀਅਰ ਕਿਉਂ ਇਸਤੇਮਾਲ ਕੀਤਾ ਜਾਂਦਾ। ਉਸ ਤੋਂ ਬਾਅਦ ਆਪਾਂ ਇਲੈਕਸ਼ਨ ਰਿਫੋਰਮਸ ਦੀ ਗੱਲ ਕਰੀਏ, ਤਾਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਗਲਤ ਹੈ, ਤਾਂ ਜਿਵੇਂ ਜਾਤੀ ਨਾਲ ਰਿਲੇਟਡ ਨਹੀਂ ਹੋਣਾ ਚਾਹੀਦਾ, ਕਾਸਟ ਨਾਲ ਰਿਲੇਟਡ ਨਹੀਂ ਹੋਣਾ ਚਾਹੀਦਾ, ਰੀਜਨਲਿਜ਼ਮ, ਭਾਸ਼ਾ ਦੇ ਆਧਾਰ 'ਤੇ ਵੋਟਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈਗਾ, ਜਾਤੀ ਦੇ ਆਧਾਰ 'ਤੇ ਵੋਟਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਪੈਸੇ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੀਦਾ ਹੈ। ਇਹ ਸਾਰੇ ਜਿਹੜੇ ਹੈਗੇ ਬੇਟਾ ਇਹਦੇ ਵਿੱਚ ਸੋਲਿਊਸ਼ਨਸ ਦੇ ਵਿੱਚ ਆ ਜਾਣਗੇ, ਸੁਝਾਵ ਦੇ ਵਿੱਚ ਆ ਜਾਣਗੇ। ਠੀਕ ਹੈ,